ਸਚੀਕਾਰ ਜੀ ਤੁਸੀਂ ਦੇਖ ਰਹੇ ਹੋ ਜੀਟੀਵੀ ਤੇ ਮੈਂ ਹਰਨਰ ਸਿੰਘ ਸਿੱਧੂ ਅ ਅੱਜ ਮਨਪ੍ਰੀਤ ਸਿੰਘ ਬਾਦਲ ਜਿਹੜੇ ਉਹ ਬੀਜੇਪੀ ਵਿੱਚ ਸ਼ਾਮਲ ਹੋ ਗਏ ਹਨ ਅਤੇ ਇੱਥੇ ਤਰ੍ਹਾਂ ਤਰ੍ਹਾਂ ਦੇ ਕੈਸੇ ਲਾਈਆਂ ਜਾ ਰਹੀਆਂ ਹਨ ਉਸ ਨੂੰ ਲੈ ਕੇ ਆਪਾਂ ਅੱਜ ਜੁੜਾਂਗੇ ਮਨਪ੍ਰੀਤ ਸਿੰਘ ਬਾਦਲ ਜੀ ਦੇ ਰਿਸ਼ਤੇਦਾਰ ਜੱਜੀ ਸਿੰਘ ਚੋਹਲ ਆਪਾਂ ਗੱਲ ਕਰਦੇ ਅ ਵਿੱਚ ਕੀ ਕਾਰਨ ਹੋਇਆ ਜਿਹੜਾ ਮਨਪ੍ਰੀਤ ਸਿੰਘ ਬਾਦਲ ਆਪਣੇ ਅੱਜ ਬੀਜੇਪੀ 'ਚ ਚਲੇ ਗਏ ਦੇਖੋ ਇਹ ਬੜੀ ਦੇਰ ਤੋਂ ਸਿੱਧਾ ਕਿ ਸਾਨੂੰ ਆ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਜਿਹੜੀ ਇਨਚਾਰਜ ਸਾਡੇ ਤੇ ਇੱਥੇ ਜਿਹੜੀ ਰੂਟੀਨ ਨਾਲ ਕਾਂਗਰਸ ਦਾ ਜੋ ਹਰੀਸ਼ ਚੌਧਰੀ ਜੀ ਇਹ 2022 ਦੇ ਇਲੈਕਸ਼ਨ ਦੇ ਵਿੱਚ ਜਦੋਂ ਰਾਜਾ ਉਰਿੰਗ ਸਾਡੇ ਖਿਲਾਫ ਬੋਲਣਾ ਸ਼ੁਰੂ ਹੋ ਗਿਆ ਕਿ ਮਨਪੀਤ ਬਾਦਲ ਨੂੰ ਹਰਾਓ ਹਰ ਇੱਕ ਸਟੇਜ ਤੇ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਇਹ ਇੱਕ ਗਲਤ ਗੱਲ ਹੈ ਇਨਡਿਸਿਪਲਿਨ ਵੀ ਇਹਨੂੰ ਇਹਨੂੰ ਚੈੱਕ ਕਰੋ ਮਨਪੀਤ ਜੀ ਕਦੇ ਨਹੀਂ ਬੋਲੇ ਕਦੀও ਕਿਸੇ ਦੇ ਖਿਲਾਫ ਨਹੀਂ ਬੋਲੇ ਉਹ ਤਾਂ ਆਦੇ ਆਪੋਜੀਸ਼ਨ ਲੀਡਰ ਦੇ ਖਿਲਾਫ ਨਹੀਂ ਬੋਲਦੇ ਇਹ ਮੰਗੀ ਗਿਆ ਹਰ ਇੱਕ ਸਟੇਜ ਤੇ ਇਹ ਹੀ ਕਹੀ ਗਿਆ ਕਿ ਬਸ ਹਰਾਓ ਮਨਪ੍ਰੀਤ ਨੂੰ ਹਰਾਓ ਚਲੋ ਇਲੈਕਸ਼ਨ ਹੋ ਗਏ ਸੀ ਹਾਰ ਗਏ ਇਹਨੂੰ ਪ੍ਰਧਾਨ ਬਣਾ ਤਾ ਫਿਰ ਹਰ ਇੱਕ ਸਟੇਜ ਤੇ ਸਪੀਚ ਹੀ ਸਾਡੇ ਨਾਮ ਤੋਂ ਸ਼ੁਰੂ ਕਰਦਾ ਸੀ ਮੈਂ ਮਨਪੀਤ ਬਾਦਲ ਨੂੰ ਹਰਾਇਆ ਵੀ ਆਪਾਂ ਇੱਕੋ ਪਾਰਟੀ 'ਚ ਆਏ ਕਲੀਗ ਐ ਸਾਰਾ ਕੁਝ ਐ ਹਰ ਇੱਕ ਪਾਰਟੀ ਦੋ ਟੜੇ ਹੋ ਸਕਦੇ ਪਰ ਜ਼ਰੂਰੀ ਨਹੀਂ ਹੈਗਾ ਕਿ ਇੱਕ ਟੜਾ ਦੂਜੇ ਟੜੇ ਤੇ ਓਪਨਲੀ ਸਟੇਜ ਤੇ ਅੰਦਰ ਖਾਤੇ ਜੋ ਮਰਜ਼ੀ ਕਰੀ ਜਾਓ ਬਟ ਓਪਨਲੀ ਤੁਸੀਂ ਪਬਲਿਕ ਨੂੰ ਕੀ ਦੱਸਣਾ ਚਾਹੁੰਦੇ ਹੋ ਇਹ ਪਬਲੀਕਲੀ ਸਾਨੂੰ ਹਿਮੀਲੀਏਟ ਕਰਦਾ ਸੀ ਕਿ ਮੈਂ ਹਰਾਇਆ ਮੈਂ ਨਹੀਂ ਕੀਤਾ ਮੈਂ ਉਹ ਕੀਤਾ ਫਿਰ ਹਰ ਇੱਕ ਚੀਜ਼ ਦਾ ਇੱਕ ਟਾਈਮ ਹੁੰਦਾ ਹੈ ਕਿ ਜਦੋਂ ਸੀਨੀਅਰ ਲੀਡਰਸ਼ਿਪ ਨੇ ਇੰਨਾ ਗੱਲਾਂ ਨੂੰ ਇਗਨੋਰ ਹੀ ਕਰਤਾ ਤੇ ਬਿਲਕੁਲ ਹੀ ਕਿਸੇ ਵੀ ਜ਼ਿੰਮੇਵਾਰੀ ਤੋਂ ਪਾਸੇ ਕਰਤਾ ਤਾਂ ਫਿਰ ਲੋਕੋ ਜੇ ਤੁਸੀਂ ਪੋਲਿਟਿਕਸ ਹੀ ਕਰਨੀ ਹੈ ਫਿਰ ਬੰਦਾ ਇੱਜ਼ਤ ਪਿੱਛੇ ਕਰਦਾ ਕਿ ਸਾਨੂੰ ਜੇ ਨਹੀਂ ਇੱਜ਼ਤ ਮਿਲੀ ਤਾਂ ਫਿਰ ਅਸੀਂ ਨਹੀਂ ਐਸ ਪਾਰਟੀ ਚ ਰਹੇ ਜਦੋਂ ਰਾਹੁਲ ਗਾਂਧੀ ਜੀ ਵੱਲੋਂ ਭਾਰਤ ਜੋੜਾ ਯਾਤਰਾ ਸ਼ੁਰੂ ਕੀਤੀ ਗਈ ਚੱਲੇ ਜਾਂਦੀ ਸੀਗੀ ਤਿੰਨ ਦਿਨਾਂ ਦਾ ਇਹ ਉਸ ਨੂੰ ਤੋੜਨ ਦੇ ਲਈ ਇਹ ਜਿਹੜੇ ਇਸੇ ਦਿਨ ਨੂੰ ਚੁਣਿਆ ਗਿਆ ਕਿ ਭੱਜ ਭੱਜ ਜਾਣ ਨੂੰ ਉਹ ਤਾਂ ਮੁੱਕ ਗਈ ਜੀ ਰੈਲੀ ਤਾਂ ਅੱਜ ਲਾਸਟ ਡੇ ਸੀਗਾ ਜੇ ਭਾਰਤ ਜੋੜੋ ਯਾਤਰਾ ਨੂੰ ਤੋੜਨਾ ਹੁੰਦਾ ਫਿਰ ਅਸੀਂ ਅੱਜ ਤੋਂ 10 ਦਿਨ ਪਹਿਲਾਂ ਕਰਦੇ ਇਹ ਜੀ ਕੋਈ ਨਹੀਂ ਸੀ ਕੋਈ ਬੀਜੇਪੀ ਵੱਲੋਂ ਇਹ ਨਹੀਂ ਸੀਗਾ ਕਿ ਭਾਰਤ ਜੋੜੋ ਯਾਤਰਾ ਨੂੰ ਤੋੜੋ ਬਿਲਕੁਲ ਵੀ ਇਹ ਗਲਤ ਗੱਲ ਹੈ ਇਹ ਤਾਂ ਅੱਜ ਲਾਸਟ ਡੇ ਹੈ ਅੱਜ ਅਸੀਂ ਪਾਰਟੀ ਛੱਡੀ ਹੈ ਜਦੋਂ ਅਸੀਂ ਜਿਸ ਦਿਨ ਸ਼ੁਰੂ ਹੁੰਦਾ ਤੇ ਇਹਦਾ ਇਫੈਕਟ ਹੁੰਦਾ ਪਰ ਅਸੀਂ ਤਾਂ ਲਾਸਟ ਡੇ ਤੇ ਇਹ ਇਹ ਕੀਤਾ ਹੈਗਾ ਹਾਂ ਜੀ ਤੁਸੀਂ ਕਹਿ ਗਏ ਵੀ ਉਹ ਤੇ ਇੱਜ਼ਤ ਨਹੀਂ ਕੀਤੀ ਜਾਂਦੀ ਸੀ ਪਰ ਇਧਰ ਵੀ ਜੇ ਪਲਾਰਗੇ ਛੋੜੇ ਹੁਣ ਨਾਲ ਜਿਹੜਾ ਜ਼ਿਲ੍ਹਾ ਪ੍ਰਧਾਨ ਹੈਗੇ ਉਹ ਵੀ ਛੋੜੇ ਐਂਟੀ ਰਹੇਗੇ ਹੁਣ ਤੱਕ ਵੀ ਛੋੜੇ ਤੇ ਮਤਲਬ ਕਿ ਇਨਕੁਆਰੀਆਂ ਵੀ ਲਵਾਈਆਂ ਨੇ ਤੇ ਹੁਣ ਉਹ ਬੀਜੇਪੀ ਚ ਉਹ ਵੀ ਹੈਗੇ ਤੁਸੀਂ ਹੁਣ ਕਿਵੇਂ ਕਿਸ ਤਰ੍ਹਾਂ ਦੇ ਚਲੋ ਇਹ ਤਾਂ ਦੇਖੋ ਬੀਜੇਪੀ ਇੱਕ ਡਿਸਿਪਲਨ ਪਾਰਟੀ ਹੈ ਜਿਵੇਂ ਜੋ ਸੀਨੀਅਰ ਲੀਡਰਸ਼ਿਪ ਕਹੂਗੀ ਉਵੇਂ ਕਰਾਂਗੇ ਤੇ ਨਾਲੇ ਮੈਂ ਜਿਹੜੀ ਇੰਟਰਵਿਊ ਦੇ ਰਿਹਾ ਬੀਜੇਪੀ ਦੇ ਵਿੱਚ ਇਹ ਨਹੀਂ ਕਿ ਜਣਾ ਖੜਾ ਮਾਈਕ ਦੇ ਅੱਗੇ ਬੋਲੇ ਮੇਰਾ ਕੱਲ੍ਹ ਪਿਆਸ ਤੋਂ ਸ਼ਾਇਦ ਆਵਾਮੀਨ ਆਪ੍ਰੈਸ ਨਹੀਂ ਮੈਂ ਆਵਾਂ ਦੀ ਕੋਈ ਕਦੀ ਮੈਂ ਲਾਈਵ ਆਉਂਗਾ ਜਾਂ ਆਨਲਾਈਨ ਆਉਂਗਾ ਨਹੀਂ ਇੱਕ 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 ਡਿਸਪਲਿਨਡ ਪਾਰਟੀ ਉਸ ਕਾਇਦੇ ਨਾਲ ਚੱਲਣਾ ਪੈਣਾ ਤੇ ਜਿਵੇਂ ਪਾਰਟੀ ਦਾ ਹੁਕਮ ਹੋਗਾ ਸਾਡਾ ਸਾਨੂੰ ਕਿਸੇ ਨਾਲ ਕੋਈ ਪ੍ਰੋਬਲਮ ਨਹੀਂ ਹੈਗੀ ਅਸੀਂ ਪਹਿਲਾਂ ਨਹੀਂ ਉਹਦੇ ਖਿਲਾਫ ਬੋਲੇ ਉਹ ਉਹਨਾਂ ਦੀ ਫਿਤਰਤ ਹੈ ਉਹਨਾਂ ਨੇ ਜੋ ਕਰਨਾ ਮੀਡੀਆ ਇਹਨਾਂ ਦਾ ਕਹਿਣਾ ਹੈ ਕਿ ਜੋ ਦੂਸਰੇ ਜਿਹੜੇ ਰਹੇ ਕਿ ਟੀਏ ਛੋਟੇ ਉਹ ਕਹਿੰਦੇ ਵੀ ਇਹ ਤਾਂ ਕੁਰਸੀ ਦੀ ਲਾਲਸਾ ਨਾਲ ਜਗਾ ਕਿਉਂਕਿ ਪਾਵਰ ਹੈਗੀ ਉਧਰ ਪਾਵਰਦ ਨੂੰ ਦੇਖ ਕੇ ਜਾਂਦੇ ਪਾਵਰ ਬੀਜੇਪੀ ਕੀ ਤੇ ਪੰਜਾਬ 'ਚ ਪਾਵਰ ਹੈ ਹੀ ਨਹੀਂਗੀ ਗਲਤ ਆਪਾ ਪੰਜਾਬ ਦੀ ਕਰੀਏ ਨਾ ਜੀ ਠੀਕ ਹੈ ਨਾ ਜੀ ਇਹ ਤਾਂ ਦੇਖੋ ਅਸੀਂ ਮਿਹਨਤ ਕਰਾਂਗੇ ਸਾਰੀ ਲੀਡਰਸ਼ਿਪ ਦੇ ਨਾਲ ਇੱਥੇ ਮਿਹਨਤ ਕਰਾਂਗੇ ਡਟ ਕੇ ਕੰਮ ਕਰਾਂਗੇ ਤੇ ਤੁਸੀਂ ਦੇਖ ਲਓ 2024 ਦੇ ਇਲੈਕਸ਼ਨਾਂ ਤੇ 2017 ਦਾ 100% ਤੁਸੀਂ ਦੇਖ ਲਓ ਲੋਕ ਤਾਂ ਹੁਣੇ ਕਹੀ ਜਾਂਦੇ ਆ ਕਿ ਇਹ ਆਉਣ ਵਾਲੀ ਸਰਕਾਰ ਬੀਜੇਪੀ ਦੀ ਹੋਵੇਗੀ ਅਸੀਂ ਦੇਖ ਲੈ ਮੁੰਜੇ ਮੈਂ 2024 11 ਹੈ ਕੋਈ ਕਮੈਂਟ ਕਮੈਂਟ ਹੋਈ ਹੈ ਕਿ ਵੀ ਕੋਈ ਨਹੀਂ ਅਨ ਕੰਡੀਸ਼ਨਲੀ ਅਸੀਂ ਪਾਰਟੀ ਨੂੰ ਸਪੋਰਟ ਕੀਤਾ ਪਰ ਡਟ ਕੇ ਕੰਮ ਕਰਾਂਗੇ ਜਿੱਥੇ ਵੀ ਡਿਊਟੀ ਲਾ ਦੇਣਾ ਦੇਣ ਰੋਟਿਕ ਕਰਨ ਹਾਂਜੀ ਤੇ ਜਿਵੇਂ ਹੁਣ ਰਾਜਾ ਬੜਿੰਗ ਜੀ ਨੇ ਫੇਰ ਕਮੈਂਟ ਕੀਤਾ ਹੈ ਕਹਿੰਦੇ ਵੀ ਉਹ ਜਿਵੇਂ ਕਰੀ ਜਾਣਾ ਉਹਨੇ ਤਾਂ ਕਰਨਾ ਹੀ ਹੈ ਜੀ ਰਾਜਾ ਬੜਿੰਗ ਨਵੇਂ ਜਾਈ ਗਏ ਦੇਖੋ ਰਾਜਾ ਇੱਕ ਜਦੋਂ ਤੁਸੀਂ ਪ੍ਰਧਾਨ ਬਣ ਜੋ ਨਾ ਫਿਰ ਤੁਸੀਂ ਇਰਿਸਪੌਂਸਿਬਲ ਸਟੇਟਮੈਂਟ ਨਹੀਂ ਦੇਸਾਦੇ ਰਾਜਾ ਬੜਿੰਗ ਇਜ਼ ਨੋਨ ਫਾਰ ਇਰਿਸਪੌਂਸਿਬਲ ਸਟੇਟਮੈਂਟਸ ਜ਼ਿਆਦਾ ਬੋਲਣਾ ਵੀ ਚੰਗਾ ਨਹੀਂ ਹੁੰਦਾ ਉਹ ਬੋਲਦਾ ਨਜਾਇਜ਼ ਬੋਲਦਾ ਇਥੇ ਐਮਬੂਲੈਂਸਾਂ ਨੋਵਾ ਵੰਡਣ ਲੱਗ ਗਏ ਸੀ ਪਿੰਡਾਂ 'ਚ ਜਾ ਕੇ ਤੋ ਇਹ ਐ ਮੈਂ ਮਰ ਜਾਂਦਾ ਜੀ ਉਹਨਾਂ ਨੇ ਇਹ ਅਲਿਗੇਸ਼ਨ ਤੁਹਾਡੇ ਲਾਇਸੀ ਕਹਿੰਦੇ ਬੀਚ ਤੇ ਜਿਹੜੇ ਹਾਰੇ ਸੀਗੇ ਤੇ ਹਰਾਉਣ ਵਾਲੇ ਮੈਨੂੰ ਮਨਪ੍ਰੀਤ ਸਿੰਘ ਬਦਲਾ ਕਿੱਥੋਂ ਬਠਿੰਡਾ ਤੇ ਜਿਹੜਾ ਹਾਰਿਆ ਜੀ ਕਾਂਗਰਸੇ ਵਰਕਰ ਮੈਂ ਵਾਰੀ ਵਾਰੀ ਕਹਿੰਦਾ ਸੀ ਕਾਂਗਰਸੇ ਵਰਕਰ ਨੂੰ ਪੁੱਛੋ ਕਿ ਅਸੀਂ 2019 ਚ ਕੰਮ ਕੀਤਾ ਕਿ ਨਹੀਂ ਆ ਮੇਰੇ ਕਹਿੰਦੇ ਤੇ ਭਾਈ ਜੀ ਦੇ ਕਹਿੰਦੇ ਤੇ ਨਾ ਹੀ ਰਾਜਵੜੀ ਦੇ ਕਹਿੰਦੇ ਜਾਓ ਕਿਸੇ ਰੈਂਡਮ ਵਰਕਰ ਨੂੰ ਫੜ ਲਓ ਭਾਈ ਜੀ ਹਰ ਇੱਕ ਬੰਦਾ ਇਸ਼ਾਰਾ ਸਮਝ ਜਾਂਦਾ ਹੈ ਜਦੋਂ ਤੁਸੀਂ ਕਿਸੇ ਦੀ ਵਿਰੋਧਤਾ ਕਰਨੀ ਤੁਸੀਂ ਪਾਸਾ ਟਲ ਜਾਣਾ ਦੋ ਦੋ ਤਿੰਨ ਹਲਕੇ ਚ ਨਹੀਂ ਆਓ ਦਫਤਰ ਰਾਮਨਾ 11 12 ਵਜੇ ਆਓ ਸ਼ਾਮ ਨੂੰ 5 ਵਜੇ ਚਲੇ ਜਾਓ ਹਾਜ਼ਰੀ ਲਈ ਸਟੇਜ ਤੇ ਬਸ ਮਾੜੀ ਸਪੀਚ ਦਿੱਤੀ ਤੇ ਚਲੇ ਗਏ ਤੇ ਅਸੀਂ ਦਿਨ ਲਾਤਿਕ ਕਰਤਾ ਸੀ ਉਹਨੂੰ ਪਤਾ ਹੈ ਇਸ ਗੱਲ ਦਾ ਜੇ ਤਾਂ ਐਵੇਂ ਐਵੇਂ ਮਾਰੀ ਜਾਂਦਾ ਜਰਮਨਪ੍ਰੀਤ ਸਿੰਘ ਬਾਦਲ ਦਾ ਜਨਮ ਜਿਹਦੇ ਖੇਤ ਆ ਅਕਾਲੀ ਦਲ ਬਾਦਲ ਵਿੱਚ ਹੋਇਆ ਜੀ ਜੇ ਉਸ ਤੋਂ ਬਾਅਦ ਆਪਣੀ ਪਾਰਟੀ ਵੀ ਬਣਾਈ ਜੀ ਉਸ ਤੋਂ ਬਾਅਦ ਫਿਰ ਕਾਂਗਰਸ ਸ਼ਾਮਲ ਹੋ ਗਏ ਤੇ ਹੁਣ ਚੌਥੀ ਪਾਰਟੀ ਜੇ ਆ ਕੇ ਲਗੀ ਆਪਾਂ ਆ ਗਈ ਭੱਜ ਭੱਜ ਜਿਹੜਾ ਵਰਕਰ ਹੈ ਜੋ ਕੇਮਿਸਟ ਸਵਾਇਚਰ ਨੇ ਨਹੀਂ ਦੇਖੋ ਪਹਿਲੀ ਗੱਲ ਤਾਂ ਚੌਥੀ ਪਾਰਟੀ ਨਹੀਂ ਹੈਗੀ ਸੀ ਕਾਲੀਦਲ ਚ ਜਨਮ ਹੋਇਆ ਸੀ ਉਹ ਸੀ ਦੂਸਰੇ ਸੀ ਆਪ ਪਾਰਟੀ ਬਣਾਈ ਕੋਈ ਜੁਆਇਨ ਨਹੀਂ ਕੀਤੀ ਕਾਂਗਰਸ ਤੇ ਬੀਜੇਪੀ ਹੋਈ ਹੈ ਤੇ ਇਹ ਜਿਹੜਾ ਰੌਲਾ ਪਾਉਂਦਾ ਸੀ ਸੰਘ ਪਾੜ ਪੜ ਕੇ ਬੋਲਦਾ ਸੀ ਕਿ ਇਹਦਾ ਰਲੇ ਹੋਏ ਆ ਫਿਰ ਅਸੀਂ ਕਾਲੀਦਲ ਚ ਹੀ ਚਲੇ ਜਾਂਦੇ ਅਸੀਂ ਭਾਰਤੀ ਜਨਤਾ ਪਾਰਟੀ ਚ ਕਿਉਂ ਗਏ ਇਹ ਤਾਂ ਅਸੀਂ ਕਾਲੀਦਲ ਚ ਜਾਂਦੇ ਸਾਡੀ ਇੰਨੀ ਜ਼ਿਆਦਾ ਨੇੜਤਾ ਪਰਿਵਾਰ ਨਾਲ ਜੇ ਸਾਡੀ ਉਹਨਾਂ ਨਾਲ ਇੰਨਾ ਜ਼ਿਆਦਾ ਹੈਗਾ ਅਸੀਂ ਇਲੈਕਸ਼ਨ ਕੱਠੇ ਅੰਦਰ ਬਹਿ ਕੇ ਸਾਰੇ ਗਤੀਵਿਧੀਆਂ ਕਰਦੇ ਨੇ ਪਾਰਟੀ ਚ ਰਲ ਜੀ ਅਸੀਂ ਕਿਉਂ ਬੀਜੇਪੀ ਜੁਆਇਨ ਕੀਤੀ ਹੈਗੀਆ ਇਹਦਾ ਮਤਲਬ ਜੋ ਇਹ ਕਹਿੰਦਾ ਸੀ ਉਹ ਗਲਤ ਸੀ ਝੂਠ ਬੋਲਦਾ ਸੀ ਹਾਂਜੀ ਹੁਣ ਜਿਹੜੇ ਐਮਸੀ ਹੈਗੇ ਜੀ ਕਿ ਤਕਰੀਬਨ 40 41 ਐਮਸੀ ਹੈਗੇ ਕੰਗਰਸ ਉਹਨਾਂ ਚ ਕਿੰਨੇ ਕਿ ਸ਼ਾਮਲ ਹੋ ਰਿਹਾ ਤੁਹਾਡੇ ਨਾਲ ਆ ਰਹੇ ਇਹ ਤਾਂ ਹੁਣ ਉਹ ਮਨਪ੍ਰੀਤ ਜੀ ਨਾਲ ਮੀਟਿੰਗ ਕਰਨਗੇ ਉਹਨਾਂ ਨੇ ਉਹਨਾਂ ਦੇ ਕੁਝ ਕਨਸਰਨਸ ਹੈ ਕੁਝ ਸਵਾਲ ਉਹਨਾਂ ਦੇ ਮਨਪ੍ਰੀਤ ਜੀ ਨਾਲ ਮੀਟਿੰਗ ਕਰਨ ਤੋਂ ਬਾਅਦ ਕਹਿੰਦੇ ਅਸੀਂ ਡਿਸਾਈਡ ਕਰਾਂਗੇ ਹੁਣ ਜਿਵੇਂ ਹੁਣ ਤੱਕ ਜਿਹੜੇ ਦੇਖ ਲਿਆ ਨੇ 40-50 ਸਾਲ ਜਿਹੜੇ ਸੀਗੇ ਕਮੇਟੀ ਤੇ ਜਿਹੜਾ ਕਾਲੀ ਦਲ ਦਾ ਬੰਦਾ ਦਾ ਹੀ ਕੰਮ ਚਾਰ ਰਿਹਾ ਸੀਗਾ ਜੀ ਪਰ ਹੁਣ ਛੋਟੇ ਆਉਣ ਤੇ ਜਿਹੜਾ ਇਹ ਮੇਅਰ ਸੀਗਾ ਕਾਂਗਰਸ ਦਾ ਹੁਣ ਲੱਗਦਾ ਨਹੀਂਗਾ ਵੀ ਇਹਦੇ ਚ ਵੀ ਕੋਈ ਫਰਕ ਪੈ ਸਕਦਾ ਕਿ ਕੁਰਸੀ ਵਾਲੀ ਸੀ ਤਾਂ ਆਉਣ ਵਾਲੇ ਦਿਨਾਂ ਚ ਪਤਾ ਚੱਲੂਗਾ ਅਸੀਂ ਬੜੀ ਮਿਹਨਤ ਕੀਤੀ ਸੀ ਸਿਲੈਕਸ਼ਨ ਆਫ ਕੈਂਡੀਡੇਟਸ ਤੋਂ ਲੈ ਕੇ ਹਰ ਇੱਕ ਚੀਜ਼ ਤੇ ਮਿਹਨਤ ਕੀਤੀ ਕੰਮ ਬੜਾ ਕੀਤਾ ਬੋਰਡਾਂ ਚ ਗਏ ਲੋਕ ਚਾਹੁੰਦੇ ਸੀ ਕਿ ਵੀ 53 ਸਾਲ ਤੋਂ ਸ਼ੁਰੂ ਮੇ ਕਾਲੀ ਦਲ ਨੂੰ ਹਟਾਉਣਾ ਹਟਾਇਆ ਲੋਕਾਂ ਨੇ ਹੁਣ ਅਗਾਂ ਆਮ ਆਦਮੀ ਪਾਰਟੀ ਜਿਹੜੀ ਹੈਗੀ ਇੱਥੇ ਉਹਨਾਂ ਤੋਂ ਕੋਈ ਐਮਸੀ ਤੋੜਿਆ ਨਹੀਂ ਗਿਆ ਹਜੇ ਤੱਕ ਇਹਦਾ ਮਤਲਬ ਕਿ ਇਹਨਾਂ ਬੰਦੇ ਦੀ ਲਾਇਲਟੀ ਸਿਗੀ ਹੁਣ ਮਨਪੀਜੀ ਦੀ ਨਾਲ ਲਾਇਲਟੀ ਸਿਗੀ ਮਨਪੀਜੀ ਨੇ ਇਹਨਾਂ ਨੂੰ ਕਿਆ ਵੀ ਨਹੀਂ ਆ ਤੁਸੀਂ ਆਪ ਹਰ ਇੱਕ ਤੁਸੀਂ ਆਸੇ-ਪਾਸੇ ਹਲਕਾ ਦੇਖੋ ਲੋਕੀ ਆਮ ਆਦਮੀ ਪਾਰਟੀ ਜੁਆਇਨ ਕਰ ਚੁੱਕੇ ਸੀ ਐਮਸੀ ਇੱਕ ਵਾਰ ਬਟੰਡੇ ਇੱਕ ਵੀ ਐਮਸੀ ਆਮ ਆਦਮੀ ਪਾਰਟੀ ਚ ਨਹੀਂ ਗਿਆ ਤੇ ਮਨਪੀਜੀ ਹੁਣ ਅਸੀਂ ਪਾਰਟੀ ਚੇਂਜ ਕੀਤੀ ਹੈ ਕਿੰਨੇ ਕੱਢਦੇ ਆ ਟਾਈਮ ਦੱਸੋ ਹਾਂਜੀ ਉਹ ਮੇਰਾ ਅਖਰੀ ਸਵਾਲ ਹੈ ਕਿ ਜੇ ਹੁਣ ਐਮਪੀ ਜਾਂ ਐਮਐਲਏ ਕਿਧਰ ਨੂੰ ਕੋਈ ਇਹ ਤਾਂ ਜੀ ਮੈਨੂੰ ਦੱਸਿਓ ਬੀਜੇਪੀ ਨੇ ਸੋਚਣਾ ਜੀ ਇਹ ਤਾਂ ਉਹ ਦੱਸਣਗੇ ਹਾਂਜੀ ਅਸੀਂ ਨਹੀਂ ਕੁਝ ਕਹਿ ਸਕਦੇ ਥੈਂਕ ਯੂ ਜੀ ਇਹ ਸਨ ਜਾਜੀ ਸਿੰਘ ਜੋਹਲ ਮਾਨਪਰੀਸਨ ਬਦਲ ਦੇ ਰਸਤਾਰ ਉਹਨਾਂ ਨੇ ਦੱਸਿਆ ਕਿ ਸਾਡੇ ਇੱਥੇ ਜਿਹੜੀ ਇੱਜ਼ਤ ਨਹੀਂ ਕੀਤੀ ਜਾ ਰਹੀ ਸੀ ਕਿਉਂਕਿ ਇਸੇ ਕਰਕੇ ਜਿਹੜੇ ਅਸੀਂ ਇਹ ਪਾਰਟੀ ਬਦਲ ਕੇ ਦੂਸਰੇ ਵਿੱਚ ਆਏ ਕਿਉਂਕਿ ਇਹ ਰਾਜਪੜਿੰਗ ਚ ਸੀਗੇ ਉਹ ਸਟੇਜਾਂ ਤੋਂ ਵੀ ਜਿਹੜੇ ਕੁਝ ਅਪਸ਼ਬਦੀ ਬੋਲਦੇ ਸਨ ਇਸੇ ਕਰਕੇ ਸਾਨੂੰ ਪਾਰਟੀ ਛੱਡ ਕੇ ਦੂਸਰੀ ਪਾਰਟੀ ਵਿੱਚ ਆਉਣਾ ਪਿਆ ਬਟੰਡਾ ਤੋਂ ਅਜੀਤ ਧੀਵਲੀ ਨਰਸਿੰਘ ਸਿੰਘ ਸਿੱਧੂ